ਆਮ ਆਦਮੀ ਪਾਰਟੀ ਨੇ ਜਿਉਂ ਹੀ ਗੁਰਪ੍ਰੀਤ ਘੁੱਗੀ ਨੂੰ ਕਨਵੀਨਰ ਅਹੁਦੇ ਤੋਂ ਹਟਾ ਕੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਕਨਵੀਨਰ ਬਣਾਇਆ। ਉਸ ਮੌਕੇ ਸੁਖਪਾਲ ਖਹਿਰਾ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦਿੱਤਾ। ਹੁਣ ਮਾਮਲੇ ਤੇ ਕਾਂਗਰਸ ਅਤੇ ਭਾਜਪਾ ਵੱਲੋਂ ਵੱਖ ਵੱਖ ਦਾਅਵੇ ਕੀਤੇ ਜਾ ਰਹੇ ਨੇ। ਚੰਡੀਗੜ੍ਹ ਵਿੱਚ ਇੱਕ ਪਾਸੇ ਜਿੱਥੇ ਕਾਂਗਰਸ ਦੇ ਵਿਧਾਇਕ ਰਾਜਕੁਮਾਰ ਵੇਰਕਾ ਕਹਿ ਰਹੇ ਨੇ ਕਿ ਕਈ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵੱਡੇ ਚਿਹਰੇ ਕਾਂਗਰਸ ਵਿੱਚ ਸ਼ਾਮਿਲ ਹੋਣ ਲਈ ਸਾਡੇ ਨਾਲ ਸੰਪਰਕ ਵਿੱਚ ਨੇ, ਉੱਥੇ ਹੀ ਭਾਜਪਾ ਨੇਤਾ ਵਿਨੀਤ ਜੋਸ਼ੀ ਨੇ ਕਾਂਗਰਸ ਤੋਂ ਇੱਕ ਕਦਮ ਅੱਗੇ ਵਧਦੇ ਹੋਏ ਉਹਨਾਂ ਵਿਧਾਇਕਾਂ ਦੀ ਗਿਣਤੀ ਵੀ ਦੱਸ ਦਿੱਤੀ ਹੈ ਜੋ ਭਾਜਪਾ ਦੇ ਨਾਲ ਸ਼ਾਮਿਲ ਹੋਣ ਲਈ ਉਤਸ਼ਾਹਿਤ ਨੇ। ਭਾਜਪਾ ਨੇਤਾ ਵਿਨੀਤ ਜੋਸ਼ੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 11 ਵਿਧਾਇਕ ਸਾਡੇ ਨਾਲ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਵਿੱਚ ਨੇ, ਪਰ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਜਦੋਂ ਤੱਕ 2/3 ਵਿਧਾਇਕ ਸਹਿਮਤ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਪਾਰਟੀ ਬਦਲ ਨਹੀਂ ਸਕਦੇ। ਕੇਜਰੀਵਾਲ ਸਾਹਿਬ ਅੱਜ ਬਾਹਰ ਆ ਕੇ ਗੱਲ ਕਰਨ ਤੋਂ ਡਰਦੇ ਹੈ ਕਿਉਂਕਿ ਉਹਨਾਂ ਦੇ ਪਾਪਾਂ ਦਾ ਘੜਾ ਭਰ ਗਿਆ। ਕੇਜਰੀਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਔਰ ਮੈਂ ਤਾਂ ਕਪਿਲ ਮਿਸ਼ਰਾ ਨੂੰ ਕਿਹਾ ਕਿ ਉਹ ਪੁਲਿਸ ਸਟੇਸ਼ਨ 'ਚ ਜਾਵੇ ਦਿੱਲੀ, FIR ਦਰਜ ਕਰਾਵੇ ਔਰ ਉਹਦੇ ਖਿਲਾਫ਼ ਕਾਰਵਾਈ ਹੋ ਜਾਊਗੀ। ਕੱਲ੍ਹ ਦੇ ਪੱਤਰਕਾਰ ਸਾਰੇ ਪੁੱਛਣ ਡੇ ਹੈ ਕਿ ਆਮ ਆਦਮੀ ਪਾਰਟੀ ਦੇ ਕੁਛ ਵਿਧਾਇਕ ਕਾਂਗਰਸ ਦੇ ਨਾਲ ਸੰਪਰਕ 'ਚ ਹੈ। ਮੈਂ ਉਹਨਾਂ ਨੂੰ ਡਿਨਾਈ ਨਹੀਂ ਕੀਤੀ, ਮੈਂ ਕਿਹਾ ਹਾਂ ਸੰਪਰਕ 'ਚ ਹੈ, ਲੇਕਿਨ ਕਾਂਗਰਸ ਪਾਰਟੀ ਇਸ ਗੱਲ 'ਤੇ ਵੀ ਵਿਚਾਰ ਕਰ ਰਹੀ ਹੈ ਕਿ ਜਿਹੜੇ ਚੰਗੇ ਲੋਕ ਹੋਣਗੇ ਉਹਨਾਂ ਨੂੰ ਕਾਂਗਰਸ ਪਾਰਟੀ ਸ਼ਾਮਿਲ ਜ਼ਰੂਰ ਕਰ ਲਏਗੀ ਅਗਰ ਉਹ ਹੋਣਾ ਚਾਹਣਗੇ, ਔਰ ਜਿਹੜੇ ਖਰਾਬ ਬੰਦੇ ਹੋਣਗੇ ਉਹ ਕਿਸੇ ਵੀ ਤਰ੍ਹਾਂ ਦੇ ਸ਼ਾਮਿਲ ਨਹੀਂ ਕੀਤੇ ਜਾਣਗੇ। ਲੋਕਾਂ ਦਾ ਮੋਹ ਭੰਗ ਹੋ ਗਿਆ, ਹੋਰ ਛੱਡੋ ਇਹਨਾਂ ਲੀਡਰਸ ਨੂੰ, ਛੱਡੋ ਇਹਨਾਂ 'ਤੇ 11 MLA ਸਾਡੇ ਨਾਲ ਇਨ ਟੱਚ ਨੇ ਜਿਹੜਾ ਪਾਰਟੀ ਛੱਡ ਕੇ ਸਾਡੀ ਪਾਰਟੀ ਨੂੰ ਜੁਆਇਨ ਕਰਨਾ ਚਾਹੁੰਦੇ ਨੇ। ਗੱਲ ਹੈ ਕਿ 2/3 ਜਦ ਤੱਕ ਨਹੀਂ ਤਾਂ ਜੁਆਇਨ ਨਹੀਂ ਕਰ ਸਕਦੇ।